ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਗੁਰਾਇਆ, ਜਿੱਥੇ ਮਸ਼ਹੂਰ ਅਸ਼ੋਕ ਬਰਫੀ ਵਾਲਾ ਦੀ ਦੁਕਾਨ ਹੈ, ਜੋ ਕਿ ਪਿਛਲੇ 50 ਸਾਲ ਤੋਂ ਗੁਰਾਇਆ ਵਿੱਚ ਬਰਫੀ ਬਣਾ ਰਹੇ ਨੇ। ਇਹਨਾਂ ਦੀ ਬਣਾਈ ਬਰਫੀ ਨਾ ਕੇਵਲ ਦੇਸ਼ ਬਲਕਿ ਵਿਦੇਸ਼ਾਂ ਵਿੱਚ ਵੀ ਬਹੁਤ ਮਸ਼ਹੂਰ ਹੈ। ਬਹੁਤ ਸਾਰੇ ਲੋਕ ਦੂਰੋਂ ਦੂਰੋਂ ਇਸ ਥਾਂ 'ਤੇ ਮਿਲਣ ਵਾਲੀ ਬਰਫੀ ਦੀ ਤਾਰੀਫ ਸੁਣ ਕੇ ਇੱਥੇ ਜ਼ਰੂਰ ਆਉਂਦੇ ਨੇ। ਸਾਡੀ ਟੀਮ ਨੇ ਇੱਥੋਂ ਦੇ ਗ੍ਰਾਹਕਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਇੱਥੋਂ ਮਿਲਣ ਵਾਲੀ ਬਰਫੀ ਦੀ ਬੇਹੱਦ ਤਾਰੀਫ ਕੀਤੀ। ਇਸ ਦੇ ਨਾਲ ਨਾਲ ਬਹੁਤ ਸਾਰੀਆਂ ਹੋਰ ਚੀਜ਼ਾਂ ਜਿੱਦਾਂ ਕਿ ਮਟਰੀ, ਬੇਸਨ, ਦੁੱਧ, ਹੋਰ ਵੀ ਕਈ ਪ੍ਰਕਾਰ ਦੀਆਂ ਚੀਜ਼ਾਂ ਇੱਥੇ ਬਹੁਤ ਹੀ ਸਵਾਦ ਦੀਆਂ ਬਣਾਈਆਂ ਜਾਂਦੀਆਂ ਨੇ। ਔਰ ਲੋਕ ਇਸ ਦੁਕਾਨ 'ਤੇ 50 ਸਾਲਾਂ ਤੋਂ ਲਗਾਤਾਰ ਇਸ ਦੁਕਾਨ 'ਤੇ ਆਪਣਾ ਵਿਸ਼ਵਾਸ ਜਿਤਾ ਰਹੇ ਨੇ ਅਤੇ ਇੱਥੇ ਬਰਫੀ ਖਰੀਦ ਰਹੇ ਨੇ। ਇੱਥੇ ਵਿਆਹ ਸ਼ਾਦੀਆਂ ਦੇ ਲਈ ਬਰਫੀ ਦੇ ਔਰਡਰ ਵੀ ਬੁੱਕ ਕੀਤੇ ਜਾਂਦੇ ਨੇ। ਸਾਡੀ ਟੀਮ ਨੇ ਇਸ ਦੁਕਾਨ ਦੇ ਮਾਲਕ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ ਇਸ ਦੁਕਾਨ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਤੁਸੀਂ ਖੜ੍ਹੇ ਹੋ ਜਿਹੜਾ ਕਿ ਜੀਟੀ ਰੋਡ ਦੇ ਉੱਤੇ ਸਥਿਤ ਹੈ, ਕੀ ਕਹਿਣਾ ਚਾਹੋਗੇ, ਕਿਵੇਂ ਲੱਗਦੀ ਬਰਫੀ ਨਾਲ, ਕੀ ਕਹਿਣਾ ਚਾਹੋਗੇ? ਸੋ ਸਭ ਤੋਂ ਪਹਿਲਾਂ ਮੈਂ ਇਹ ਕਹੂੰਗਾ ਕਿ ਓਲਡ ਇਜ਼ ਗੋਲਡ, ਅਤੇ ਅਸ਼ੋਕ ਬਰਫੀ ਵਾਲਾ ਜੋ ਹੈ ਉਹ ਸਭ ਤੋਂ ਪੁਰਾਣੀ ਦੁਕਾਨ ਹੈ। ਔਰ ਦੂਸਰੀ ਖਾਸੀਅਤ ਇਹ ਹੈ ਕਿ ਜੋ ਮਿਠਾਸ ਹੈ, ਮਿਠਾਸ ਬਿਲਕੁਲ ਕੰਟਰੋਲ ਹੈ, ਜਿਹਨੂੰ ਕਹਿੰਦੇ ਕਿ ਮਿਠਾਸ ਜੋ ਚਾਹੀਦੀ ਹੈ ਉਹ ਹੀ ਹੈ। ਇਹ ਨਹੀਂ ਕਿ ਨਜਾਇਜ਼ ਉਹਦੇ ਅੰਦਰ ਮਿੱਠਾ ਜਾਂ ਚੀਨੀ ਆਪਾਂ ਬਹੁਤ ਜ਼ਿਆਦਾ ਪਾਈ ਹੋਈ। ਇਹ ਮੰਨੀਏ ਵੀ ਦੁੱਧ ਦੀ ਕੁਆਲਿਟੀ ਜਿਹੜੀ ਹੈਗੀ ਇਹਨਾਂ ਦੀ, ਉਹੀ ਦੁੱਧ ਦੀ ਕੁਆਲਿਟੀ ਆ, ਉਹਦੇ ਕਰਕੇ ਟੇਸਟ ਆਉਂਦਾ ਜਦੋਂ ਰਿਸ਼ਤੇਦਾਰ ਜਿਹੜੇ ਆ ਬਾਹਰ ਬਾਹਰ ਮੰਗਾਉਂਦੇ ਆ। ਬਿਲਕੁਲ ਸੇਮ ਕੁਆਲਿਟੀ ਹੈ ਜੀ, ਸੇਮ ਫਲੇਵਰ ਹੈ, ਸੇਮ ਸਵਾਦ ਹੈ, ਔਰ ਬਹੁਤ ਸਾਲਾਂ ਤੋਂ ਆਪਾਂ ਇਹਨੂੰ ਇੰਜੋਏ ਕਰ ਰਹੇ ਹਾਂ। ਅਸ਼ੋਕ ਬਰਫੀ ਪੇ ਆਪ ਆਏ ਹੋ, ਕੈਸਾ ਲੱਗ ਰਿਹਾ ਆਪਕੋ, ਕਿਆ ਕਹਿਣਾ ਚਾਹੇਂਗੇ ਅਸ਼ੋਕ ਬਰਫੀ ਕੇ ਬਾਰੇ? ਇੱਕ ਨੇਬਰ ਸੇ ਪਤਾ ਚਲਾ ਥਾ, ਹਮ ਲੋਕ ਜਲੰਧਰ ਕਿਸੀ ਕਾਮ ਸੇ ਗਏ ਥੇ, ਤੋ ਉਨ੍ਹੋਂਨੇ ਬੋਲਾ ਅਗਰ ਆਪ ਗੁਰਾਇਆ ਸੇ ਹੋਕੇ ਜਾ ਰਹੇ ਹੋ ਤੋ ਯਹਾਂ ਜ਼ਰੂਰ ਆਨਾ। ਉਨ੍ਹੋਂਨੇ ਬੋਲਾ ਬਰਫੀ ਵੀ ਖਾਨਾ ਔਰ ਯੇ ਮਿਲਕ ਵੀ ਪੀਨਾ, ਤੋ ਹਮ ਲੋਕ ਫਸਟ ਟਾਈਮ ਆਏ ਹੈਂ, ਅੱਛੀ ਬਰਫੀ ਹੈ, ਆਗੇ ਬਤਾਏਂਗੇ। ਕਿਆ ਕਹਿਣਾ ਚਾਹੋਗੇ ਕਿ ਜੈਸੇ ਹਮ ਲੋਕ ਜਾ ਰਹੇ ਹੈ, ਆਪਕੋ ਨੇਬਰ ਨੇ ਬਤਾਇਆ, ਇਸਕੇ ਬਾਅਦ ਨੇਬਰ ਕਾ ਟੇਸਟ ਬਹੁਤ ਜ਼ਿਆਦਾ ਟੰਗੀ, ਉਸ ਤੋਂ ਬੜੀਆ ਹੋਗੀ ਇਸਮੇ? ਹਾਂ, ਉਨ੍ਹੋਂਨੇ ਟੇਸਟ ਅੱਛਾ ਹੈ, ਇਸੀ ਲਈ ਆਏ ਹੈਂ। ਸਰ ਆਪ ਵੀ ਆਏ ਹੋ, ਕਿਆ ਕਹਿਣਾ ਚਾਹੇਂਗੇ? ਸਾਡੀ ਵੀ ਮਤਲਬ ਪਿਛਲੇ ਪ੍ਰੈਫਰੈਂਸ ਹੀ ਆ, ਤਾਂ ਮੇਰੇ ਕੋਲ ਅੱਛੀ ਲੱਗੀ ਟੇਸਟ ਕਿਹਾ। ਮਤਲਬ ਧੀਰੇ ਧੀਰੇ ਹਮ ਸੋਚ ਰਹੇ ਹਾਂ ਕਿ ਚੇਨ ਜੋ ਵੱਧ ਰਹੀ ਹੈ, ਮਤਲਬ ਜੋ ਬਰਫੀ ਕੀ ਆਗੇ ਆਗੇ ਲੁਧਿਆਣਾ ਵੀ ਲੈ ਕੇ ਆਓ, ਲੁਧਿਆਣਾ ਸੇ ਆਏ ਹਾਂ, ਸਪੈਸ਼ਲ ਕਮਿੰਗ ਫਰੋਮ ਲੁਧਿਆਣਾ। ਹਾਂਜੀ, ਓਕੇ, ਤੇ ਆਇਓ, ਕਿਆ ਕਹਿਣਾ ਚਾਹੋਗੇ? ਸਰ ਮੈਂ 2009 ਤੋਂ ਮੈਨੂੰ ਕਿਹੜਾ ਪਤਾ ਚੱਲਿਆ, ਫਿਰ ਮੈਂ ਵਿਆਹ ਹੋਇਆ ਸੀ ਮੇਰੇ ਸਮੇਂ ਲੁਧਿਆਣਾ, ਸਪੈਸ਼ਲੀ ਮੈਨੂੰ ਅਸ਼ੋਕ ਬਰਫੀ ਦਾ ਦੱਸਿਆ। ਪਹਿਲਾਂ ਰੋਡ ਇੱਦਾਂ ਨਹੀਂ ਸੀ, ਜ਼ਿਆਦਾਤਰ ਮਸਲੇ ਜੋ ਜਦੋਂ ਤਾਂ ਰੋਡ ਬਣ ਗਿਆ ਹੈ ਤਾਂ ਕਾਫੀ ਦਿੱਕਤ ਆ ਜਾਂਦੀ, ਲੇਕਿਨ ਟੇਸਟ ਆ ਜਿਹੜੇ ਮੂਹਰੇ ਮੈਂ ਆਇਆ, ਜਦੋਂ ਵੀ ਮੈਂ ਜਾਂਦਾ ਮੈਂ ਬਰਫੀ ਤਾਂ ਜ਼ਰੂਰ ਲੈਂਦਾ। ਅੱਜ ਸਾਡੇ ਜਿਹੜਾ ਤਿਉਹਾਰ ਦਾ ਆ, ਅਤੇ ਮੈਂ ਇੱਥੇ ਆਏ ਕਦੀ ਇਹ ਨਹੀਂ ਪੁੱਛਦਾ ਕਿਵੇਂ ਰੇਟ ਕੀ ਆ, ਮੈਂ ਪੁੱਛਦਾ ਜੇ ਬਰਫੀ ਹੈ ਜਾਂ ਤਾਂ ਜੇ ਹੈ ਠੀਕ ਹੈ, ਨਹੀਂ ਤਾਂ ਫਿਰ ਬੇਸਣ ਨਾਲ ਸੁਣਦੀ ਸੀ ਅਗਲੀ। ਕੀ ਕਹਿਣਾ ਚਾਹੋਗੇ ਕਿ ਬੂਟਾ ਜਿਹੜਾ ਇਹਨਾਂ ਨੇ ਲਾਇਆ ਔਰ ਉਹ ਤਾਂ ਅਗਲੀ ਪੀੜ੍ਹੀ ਵੀ ਚੱਲ ਗਈ, ਸਾਡੇ ਵਾਸਤੇ ਸਾਡੇ ਲਾਗੇ ਹੁਸ਼ਿਆਰਪੁਰ, ਮੇਰਾ ਹੁਸ਼ਿਆਰਪੁਰ ਦਾ ਰਹਿਣ ਦਾ ਕਾਰੋਬਾਰ ਆ, ਪਿੰਡ ਮੇਰਾ ਤਲਵਾੜੇ ਕੋਲ। ਓਕੇ, ਮਤਲਬ ਜੈਸੇ ਲੁਧਿਆਣਾ ਸੇ, ਤਲਵਾੜਾ ਸੇ, ਜਲੰਧਰ ਸੇ, ਹਮ ਲੋਕ ਸੋਚੇ ਕਿ ਮਤਲਬ ਇਹ ਵਾਕਈ ਬ੍ਰਾਂਡ ਹੈ, ਪਰ ਜੋ ਹਮੇਂ ਬਤਾਇਆ ਗਿਆ ਕਿ ਇੱਕ ਬ੍ਰਾਂਡ ਹੈ, ਵਹਾਂ ਜਾਓ। ਸਹੀ ਹੈ, ਦੱਸੋ ਹੁਣ ਅਸੀਂ ਖੜੇ ਹਾਂ ਗੁਰਾਇਆ ਦੇ ਉਸ ਪ੍ਰਸਿੱਧ ਇਨਸਾਨ ਦੇ ਕੋਲ, ਜਿਹਦਾ ਨਾਮ ਅੱਜ ਪੰਜਾਬ, ਹਰਿਆਣਾ, ਹਿਮਾਚਲ ਹੀ ਨਹੀਂ, ਦਿੱਲੀ ਨਹੀਂ ਬਲਕਿ ਵਰਲਡ ਦੇ ਵਿੱਚ ਮਸ਼ਹੂਰ ਹੋ ਚੁੱਕੇ ਅਸ਼ੋਕ ਬਰਫੀ, ਔਰ ਉਹਦੇ ਕ੍ਰੀਏਟਰ ਅਸ਼ੋਕ ਜੀ ਜਿਹੜੇ ਸਾਡੇ ਨਾਲ ਮੌਜੂਦ ਨੇ। ਔਰ ਆਪਾਂ ਦੇਖ ਸਕਦੇ ਹਾਂ ਕਿ ਅਸੀਂ ਥੋੜ੍ਹੇ ਜਿਹੇ ਕਸਟਮਰ ਨਾਲ ਗੱਲ ਕੀਤੀ ਆ, 5 ਮਿੰਟ ਦੇ ਅਰਸੇ ਦੇ ਵਿੱਚ ਵਿੱਚ ਇੱਥੇ ਕਸਟਮਰ ਜਿਹੜੇ ਆ ਲੁਧਿਆਣੇ ਤੋਂ, ਤਲਵਾੜੇ ਤੋਂ, ਜਲੰਧਰ ਤੋਂ ਆਏ ਵਿੱਚ ਕਸਟਮਰ ਨਾਲ ਆਪਾਂ ਗੱਲਬਾਤ ਕੀਤੀ ਆ। ਅੱਗੇ ਜੀ ਤੁਹਾਡਾ ਸਵਾਗਤ ਆ ਸਾਡੇ ਸਪੈਸ਼ਲ ਸ਼ੋਅ 'ਤੇ, ਕੀ ਕਹਿਣਾ ਚਾਹੋਗੇ ਕਿ ਅਸ਼ੋਕ ਬਰਫੀ
ਜਿਹੜੀ ਇੱਕ ਬ੍ਰਾਂਡ ਬਣ ਚੁੱਕੀ ਹੈਗੀ ਆ, ਜਿਹਦੇ 'ਚ ਤੁਸੀਂ ਪਹਿਲੇ ਦਿਨ ਤੋਂ ਦੁੱਧ ਜਿਹੜਾ ਪਿਓਰ ਵਰਤਿਆ ਔਰ ਹਰੇਕ ਚੀਜ਼ ਦੇ ਵਿੱਚ ਪਾਰਦਰਸ਼ਤਾ ਦਿਖਾਈ ਹੈ। ਤੇ ਇਸ ਪੀੜ੍ਹੀ ਨੂੰ ਗਾਂਹ ਵਾਲੀ ਪੀੜ੍ਹੀ ਜਿਹੜਾ ਬੇਟਾ ਉਹ ਵੀ ਇਸ 'ਚ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਟੈਂਗਲ ਹੋ ਚੁੱਕਿਆ ਔਰ ਉਹ ਵੀ ਨਵੀਆਂ ਚੀਜ਼ਾਂ ਕਰਦਾ ਹੈਗਾ, ਕਿਉਂਕਿ ਤੁਸੀਂ ਬਰਫੀ ਬਣਾਈ, ਤੁਸੀਂ ਖੋਏ ਵਾਲਾ ਕੰਮ ਕੀਤਾ, ਲੇਕਿਨ ਜਿਸ ਤਰੀਕੇ ਨਾਲ ਉਹ ਕਹਿੰਦਾ ਸ਼ਹਿਦ ਡੈਡੀ, ਇਹਦੇ 'ਚ ਗੁੜ ਡੈਡੀ, ਇਹਦੇ 'ਚ ਨਵੀਆਂ ਨਵੀਆਂ ਚੀਜ਼ਾਂ ਜਿਹੜੀਆਂ ਟੈਂਗਲ ਕਰ ਰਹੇ ਹੋ, ਜਿਹਦੇ ਨਾਲ ਟੇਸਟ ਹੋਰ ਨਵਾਂ ਨਵਾਂ ਆਉਂਦਾ। ਹਾਂਜੀ, ਨਵੀਆਂ ਨਵੀਆਂ ਚੀਜ਼ਾਂ ਦਾ ਆਪਣਾ ਕਰੀਦਾ, ਤਿਆਰ ਕਰੀਦਾ, ਦੁੱਧ ਬਹੁਤ ਵਧੀਆ ਵਰਤੀਦਾ, ਸਭ ਤੋਂ ਵਧੀਆ ਦੁੱਧ ਫੈਂਟ ਵਾਲਾ, ਸੱਤ ਫੈਂਟ ਤੋਂ ਘੱਟ ਦੁੱਧ ਵੀ ਅਸੀਂ ਵਰਤਦੇ। ਔਰ ਮਿਲਕ ਦਮ ਵੀ ਤੁਹਾਡਾ ਬੜਾ ਮਸ਼ਹੂਰ ਹੈ, ਜਿੱਦਾਂ ਭੈਣ ਜੀ ਹੋਰਾਂ ਨੇ ਕਿਹਾ ਕਿ ਅਸੀਂ ਮਿਲਕ ਦਮ ਵੀ ਪੀਣ ਆਇਆ ਦੂਰੋਂ। ਮਿਲਕ ਦਮ ਵੀ ਬੜਾ ਦੁੱਧ ਕਾੜ ਕੇ ਜੀ ਪਹਿਲਾਂ ਕਾੜੀਦਾ, ਉਹਨੂੰ ਸਾਰ ਕੇ ਫਿਰ ਉਹਨੂੰ ਫਿਰ ਠੰਡਾ ਕਰਕੇ ਫਿਰ ਭਰੀਦਾ, ਡਰਾਈ ਫਰੂਟ ਵੀ ਪਾਈ। ਔਰ ਕੀ ਕਹਿਣਾ ਚਾਹੋਗੇ ਕਿ ਲੋਕ ਬਾਹਰ ਭੱਜਦੇ, ਲੇਕਿਨ ਤੁਸੀਂ ਤੁਹਾਡੇ ਬੇਟੇ ਨੇ ਵੀ ਤੁਹਾਡੇ ਨਾਲ ਅਟੈਚ ਹੋ ਗਏ ਔਰ ਉਹਨੇ ਇੱਥੇ ਮਤਲਬ ਜਿਸ ਤਰੀਕੇ ਨਾਲ ਤੁਸੀਂ ਸਭ ਤੋਂ ਪੁਰਾਣੇ ਹੋ, ਹੁਣ ਨਗਰ ਜੀ ਬਹੁਤ ਆ ਰਹੇ ਨੇ, ਬਹੁਤ ਲੋਕ ਕਹਿ ਰਹੇ ਨੇ ਕਿ ਅਸੀਂ ਵੀ ਸਾਡੀ ਬਰਫੀ ਹੈ ਸਾਡੀ, ਲੇਕਿਨ ਜੋ ਪੁਰਾਣਾ ਸਭ ਤੋਂ ਬ੍ਰਾਂਡ ਹੈ ਸ਼ਹਿਰ ਦਾ, 50 ਸਾਲ ਦਾ ਪੁਰਾਣਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਸਾਡਾ ਜੋ ਇਹਨਾਂ 50 ਸਾਲ ਤੋਂ ਪਹਿਲਾਂ ਬਹੁਤ ਮਾਰਕੀਟ ਦੇ ਵਿੱਚ ਬਣੀ, ਉਹ ਸਾਡੀ ਸਾਨੂੰ ਬਹੁਤ ਜ਼ਿਆਦਾ ਜਿਹੜਾ ਸਾਡਾ ਦੁੱਧ ਵਧੀਆ ਹੋਣ ਕਰਕੇ ਜ਼ਿਆਦਾ ਪਸੰਦ ਕਰਦੇ ਆ। ਸਭ ਤੋਂ ਪੁਰਾਣੇ ਤੁਸੀਂ ਵੀ ਇੱਥੇ ਕਰਾਏ ਜੀ? ਅਸੀਂ ਸਾਡੇ ਅੰਦਰ ਦੁੱਧ ਕੋਈ ਵਰਤਦਾ ਨਹੀਂ ਹੈ ਜੀ, ਦੁੱਧ ਮਹਿੰਗਾ ਹੈ ਅਤੇ ਇਸ ਕਰਕੇ ਥੋੜ੍ਹਾ ਜਿਹਾ ਸਾਡਾ ਜਿਹੜਾ ਕੁਆਲਿਟੀ ਵਧੀਆ ਹੈ। ਅਤੇ ਦੁਸਹਿਰੇ ਦੇ ਤਿਉਹਾਰ ਦੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ? ਸਾਰੇ ਅੱਜ ਮਤਲਬ ਦੁਸਹਿਰਾ, ਲੋਕ ਦੁਸਹਿਰੇ ਨੂੰ ਬੜੀ ਪਵਿੱਤਰਤਾ ਦੇ ਨਾਲ ਮਨਾ ਰਹੇ ਆ। ਦੁਸਹਿਰਾ ਪਰਮਾਤਮਾ ਸਾਰਿਆਂ ਨੇ ਖੁਸ਼ੀਆਂ ਭਰਿਆ, ਆਵੇ ਜੀ ਬਸ ਪਰਮਾਤਮਾ ਭਗਵਾਨ ਸਭ ਦੇਵੇ ਜੀ ਬਸ। ਆਇਓ ਲੈਣ ਬਰਫੀ, ਕੀ ਕਹਿਣਾ ਚਾਹੋਗੇ? ਕਿਵੇਂ ਇਹਨਾਂ ਦਾ ਬ੍ਰਾਂਡ, ਕਿਵੇਂ ਤੁਹਾਨੂੰ ਟੇਸਟ ਕਰਦੀ? ਬਹੁਤ ਵਧੀਆ, ਤਾਂ ਹੀ ਆਏ ਆ ਲੈਣ ਵਾਸਤੇ, ਕਹਿ ਰਹੇ ਵੀ ਬਰਫੀ ਨਹੀਂ ਕੁਆਲਿਟੀ ਵਧੀਆ ਹੈ ਜੀ। ਔਰ ਕਲਾਕੰਦ ਵਗੈਰਾ ਵੀ ਤੁਸੀਂ ਇੱਥੋਂ ਖਰੀਦਦੇ ਹੋ? ਹਾਂਜੀ, ਵਧੀਆ ਕਲਾਕੰਦ ਵੀ ਵਧੀਆ। ਬਸ ਦੁੱਧ ਇਹਦਾ ਪਿਓਰ ਕਰਕੇ ਇਹਦਾ ਮਤਲਬ ਪਿਓਰਟੀ ਨਾਲ ਚੱਲ ਰਿਹਾ? ਹਾਂਜੀ ਹਾਂਜੀ, ਪਿਓਰ ਹੈ। ਔਰ ਕੀ ਕਹਿਣਾ ਚਾਹੇਗਾ, ਮਤਲਬ ਕਿੰਨੀ ਦੂਰੋਂ ਆਇਆ? ਮੈਂ ਜਲੰਧਰੋਂ ਆਇਆ। ਜਲੰਧਰੋਂ ਸਪੈਸ਼ਲ ਬਰਫੀ 'ਤੇ ਲੈਣ ਲਈ? ਹਾਂ।